ਐਕਸ ਗ੍ਰੇਸੀਆ ਸਕੀਮ। ਦੋਸਤੋ ਇਹ ਸਕੀਮ ਜਿਨ੍ਹਾਂ ਦਾ ਲਾਭਪਾਤਰੀ ਕਾਰਡ ਆ ਉਹਨਾਂ ਦੇ ਲਈ ਆ। ਇਸ ਸਕੀਮ ਦੇ ਵਿੱਚ ਜੇ ਲਾਭਪਾਤਰੀ ਦੀ ਕੋਈ ਦੁਰਘਟਨਾ ਦੇ ਨਾਲ ਮੌਤ ਹੋ ਜਾਂਦੀ ਆ ਤਾਂ ਉਸ ਦੇ ਪਰਿਵਾਰ ਨੂੰ ਐਕਸ ਗ੍ਰੇਸੀਆ ਦੀ ਰਕਮ 2 ਲੱਖ ਰੁਪਇਆ ਦਿੱਤੀ ਜਾਂਦੀ ਹੈ। ਜੇ ਉਸਦੀ ਮੌਤ ਕੁਦਰਤੀ ਹੁੰਦੀ ਆ ਤਾਂ 1.5 ਲੱਖ ਰੁਪਇਆ ਰਕਮ ਦਿੱਤੀ ਜਾਂਦੀ ਆ, ਤੇ ਜੇ ਲਾਭਪਾਤਰੀ ਪੂਰਨ ਤੌਰ ਤੇ ਅਪੰਗ ਹੋ ਜਾਵੇ ਤਾਂ 1.5 ਲੱਖ ਰੁਪਇਆ ਉਸਨੂੰ ਰਾਸ਼ੀ ਦਿੱਤੀ ਜਾਂਦੀ ਆ। ਅਸ਼ੰਕ ਅਪੰਗਤਾ ਦੀ ਸੂਰਤ ਵਿੱਚ ਇਸ ਸੂਰਤ ਦੇ ਵਿੱਚ ਤੁਹਾਨੂੰ 1.5 ਲੱਖ ਰੁਪਏ ਦੇ ਵਿੱਚੋਂ 1% ਮੁਆਵਜ਼ਾ ਮਿਲ ਜਾਏਗਾ ਜਿੰਨੇ ਪ੍ਰਤੀਸ਼ਤ ਤੁਹਾਡੀ ਅਪੰਗਤਾ ਹੋਈ ਆ। ਜੇ ਤੁਹਾਡੀ ਅਪੰਗਤਾ 50% ਆ ਤਾਂ 1.5 ਲੱਖ ਦੇ ਵਿੱਚੋਂ ਤੁਹਾਨੂੰ 75,000 ਰੁਪਇਆ ਮਿਲ ਜਾਵੇਗਾ। ਪਰ ਇਸ ਦੇ ਵਿੱਚ ਕੁੱਝ ਸ਼ਰਤਾਂ ਹਨ। ਪੰਜੀਕ੍ਰਿਤ ਲਾਭਪਾਤਰੀ ਦੀ ਮੌਤ ਹੋਣ ਤੇ ਪੰਜਾਬ BOC ਵਰਕਰ ਰੂਲ 2008 ਦੇ ਰੂਲ 2T ਵਿੱਚ ਫੈਮਿਲੀ ਦੀ ਪਰਿਭਾਸ਼ਾ ਦੇ ਹੇਠ ਪ੍ਰਕਾਰ ਹੈ। ਇਸ ਦੱਸੇ ਪਰਿਵਾਰ ਦੇ ਮੈਂਬਰ ਇਹ ਰਕਮ ਐਕਸ ਗ੍ਰੇਸੀਆ ਵਜੋਂ ਲੈਣ ਦੇ ਹੱਕਦਾਰ ਹੋਣਗੇ। ਜਿਵੇਂ ਉਸਦੇ ਫੈਮਿਲੀ ਦੇ ਵਿੱਚ ਉਸਦਾ ਘਰ ਵਾਲਾ ਜਾਂ ਉਸਦੀ ਘਰ ਵਾਲੀ ਲੈਣ ਦੇ ਹੱਕਦਾਰ ਹੋਵੇਗੀ, ਜਾਂ ਨਾਬਾਲਗ ਬੇਟਾ ਮਤਲਬ ਕਿ ਜਿਹੜਾ ਵਿਆਹਿਆ ਨਾ ਹੋਵੇ ਉਹ ਵੀ ਇਸ ਸਕੀਮ ਦਾ ਲਾਭ ਲੈ ਸਕਦਾ ਵਾ, ਜਾਂ ਉਹਦੀ ਅਣਵਿਆਹੀ ਕੁੜੀ ਲੈਣ ਦੀ ਹੱਕਦਾਰ ਹੋਵੇਗੀ, ਜਾਂ ਉਹਨਾਂ ਦੇ ਮਾਪੇ ਲੈਣ ਦੇ ਹੱਕਦਾਰ ਹੋਣਗੇ ਜੇ ਉਹ ਇਸ ਲਾਭਪਾਤਰੀ ਦੇ ਨਾਲ ਡਿਪੈਂਡਡ ਹਨ। ਦੂਜੀ ਸ਼ਰਤ ਇਹ ਆ ਕਿ ਮੌਤ ਦਾ ਸਰਟੀਫਿਕੇਟ ਇਸ ਦੇ ਨਾਲ ਲੱਗੇਗਾ। ਤੀਜੀ ਇਹ ਆ ਵੀ ਜੇ ਦੁਰਘਟਨਾ ਵਿੱਚ ਮੌਤ ਹੋਈ ਆ ਤਾਂ ਉਸਦੀ FIR ਜਾਂ ਪੋਸਟਮਾਰਟਮ ਦੀ ਰਿਪੋਰਟ ਜਾਂ DDR ਦੀ ਤਸਦੀਕ ਸੁਦਾ ਕਾਪੀ ਇੱਥੇ ਇਸੇ ਫਾਰਮ ਦੇ ਨਾਲ ਲੱਗੇਗੀ। ਤੀਜੀ ਸ਼ਰਤ ਇਹ ਆ ਵੀ ਜੇ ਉਹ ਅਪੰਗ ਹੋ ਜਾਂਦਾ ਵਾ ਤਾਂ ਉਸਦਾ ਅਪੰਗਤਾ ਦਾ ਸਰਟੀਫਿਕੇਟ ਲੱਗੇਗਾ ਜੋ ਸਿਵਲ ਸਰਜਨ ਦੇ ਦਫ਼ਤਰ ਤੋਂ ਅਰਜ਼ੀ ਲੈ ਕੇ ਨਾਲ ਲਗਾਉਣਾ ਜ਼ਰੂਰੀ ਹੈ। ਨੋਟ, ਜੇਕਰ ਲਾਭਪਾਤਰੀ ESI ਅਧੀਨ ਲਾਭ ਲੈ ਰਿਹਾ ਹੋਵੇ ਤਾਂ ਉਹ ਐਕਸ ਗ੍ਰੇਸੀਆ ਸਕੀਮ ਅਧੀਨ ਲਾਭ ਪ੍ਰਾਪਤ ਕਰਨ ਦਾ ਹੱਕਦਾਰ ਨਹੀਂ ਹੋਵੇਗਾ। ਸੋ ਇਹ ਸਨ ਕੁੱਝ ਸ਼ਰਤਾਂ। ਆਓ ਚਲੋ ਤੁਹਾਨੂੰ ਇਸ ਦਾ ਫਾਰਮ ਭਰਨਾ ਦੱਸ ਦਿੰਦੇ ਹਾਂ। ਫਾਰਮ ਭਰਨ ਤੋਂ ਬਾਅਦ ਇਸ ਦੇ ਵਿੱਚ ਕੀ ਦਸਤਾਵੇਜ਼ ਲੱਗਣੇ ਆ, ਇਸ ਫਾਰਮ ਨੂੰ ਕਿੱਥੇ ਜਮ੍ਹਾਂ ਕਰਾਉਣਾ ਵਾ, ਇਸ ਦੀ ਪੂਰੀ ਪ੍ਰਕਿਰਿਆ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੇ। ਸੋ ਵੀਡੀਓ ਨੂੰ ਅੰਤ ਤੱਕ ਤੇ ਧਿਆਨ ਨਾਲ ਦੇਖਣਾ ਤਾਂ ਕਿ ਕੋਈ ਗੱਲ ਰਹਿ ਨਾ ਜਾਵੇ। ਚਲੋ ਵੀਡੀਓ ਸ਼ੁਰੂ ਕਰਦੇ ਹਾਂ। ਸਬਸਕ੍ਰਾਈਬ ਕਰੋ ਸਾਡੇ YouTube ਚੈਨਲ ਨੂੰ ਤੇ ਬੈਲ ਆਈਕਨ ਨੂੰ ਦਬਾ ਕੇ ਆਲ ਨੋਟੀਫਿਕੇਸ਼ਨ ਤੇ ਕਲਿੱਕ ਕਰ ਲੈਣਾ ਹੈ ਤਾਂ ਕਿ ਜੋ ਵੀ ਜਾਣਕਾਰੀ ਵਾਲੀ ਵੀਡੀਓ ਇਸ ਚੈਨਲ ਤੇ ਪਾਈਏ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਦੋਸਤੋ ਆ ਇੱਕ ਫਾਰਮ ਆ ਜਿਸ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗਾ, ਉੱਥੋਂ ਜਾ ਕੇ ਤੁਸੀਂ ਇਸ ਨੂੰ ਡਾਊਨਲੋਡ ਕਰ ਲੈਣਾ। ਡਾਊਨਲੋਡ ਕਰਕੇ ਇਸ ਨੂੰ ਪ੍ਰਿੰਟ ਕਢਾ ਲੈਣਾ ਵਾ। ਪ੍ਰਿੰਟ ਕਢਾ ਲੋਗੇ ਤਾਂ ਆਓ ਦੱਸਦੇ ਆ ਵੀ ਇਸ ਨੂੰ ਕਿਸ ਤਰ੍ਹਾਂ ਭਰਨਾ ਵਾ। ਸਭ ਤੋਂ ਪਹਿਲਾਂ ਆ ਰਿਹਾ ਵਾ ਅਰਜ਼ੀ ਦਾ ਵੇਰਵਾ। ਅਰਜ਼ੀ ਦੇ ਵੇਰਵੇ ਵਿੱਚ ਸੇਵਾ ਦੀ ਅਦਾਇਗੀ ਦਾ ਤਰੀਕਾ ਪੁੱਛਿਆ ਗਿਆ ਵਾ। ਇੱਥੇ ਤੁਸੀਂ ਸੇਵਾ ਕੇਂਦਰ ਦੇ ਡੱਬੇ ਦੇ ਉੱਤੇ ਸਹੀ ਮਾਰ ਦੇਣੀ ਆ। ਫਿਰ ਅਰਜ਼ੀ ਕਾਰਵਾਈ ਦਫ਼ਤਰ, ਇੱਥੇ ਜਿੱਥੇ ਵੀ ਤੁਹਾਡੀਆਂ ਤਹਿਸੀਲਾਂ ਪੈਂਦੀਆਂ ਨੇ ਜਾਂ ਸੇਵਾ ਕੇਂਦਰ ਪੈਂਦਾ ਵਾ ਉਸ ਸ਼ਹਿਰ ਦਾ ਨਾਂ ਭਰ ਦੇਣਾ ਵਾ। ਜਿਵੇਂ ਸਾਡੇ ਬਟਾਲੇ ਹੀ ਤਹਿਸੀਲਾਂ ਨੇ ਤੇ ਸੇਵਾ ਕੇਂਦਰ ਵੀ ਬਟਾਲੇ ਹੀ ਆ, ਅਸੀਂ ਬਟਾਲਾ ਭਰ ਦੇਵਾਂਗੇ। ਫਿਰ ਆ ਗਿਆ ਸੇਵਾ ਦਾ ਵੇਰਵਾ। ਸੇਵਾ ਦੇ ਵੇਰਵੇ ਵਿੱਚ ਰਜਿਸਟ੍ਰੇਸ਼ਨ ਨੰਬਰ, ਇਹ ਤੁਹਾਨੂੰ ਲਾਭਪਾਤਰੀ ਕਾਰਡ ਦਾ ਰਜਿਸਟ੍ਰੇਸ਼ਨ ਨੰਬਰ ਭਰਨਾ ਪਊਗਾ। ਜਿਹੜੇ ਵੀ ਲਾਭਪਾਤਰੀ ਦੀ ਡੈਥ ਹੋਈ ਆ ਜਾਂ ਉਹਦੀ ਅਪੰਗਤਾ ਵਾ ਉਹਦਾ ਭਰਨਾ ਪਵੇਗਾ। ਫਿਰ ਉਸਦਾ ਨਾਮ ਆ ਜਾਏਗਾ, ਫਿਰ ਉਸਦੇ ਪਿਤਾ ਦਾ ਨਾਂ ਜਾਂ ਘਰ ਵਾਲੇ ਦਾ ਨਾਂ ਆ ਜਾਏਗਾ। ਫਿਰ ਇੱਥੇ ਤੁਸੀਂ ਤਰੀਕ ਪਾਉਣੀ ਆ ਕਿ ਤੁਹਾਡਾ ਲਾਭਪਾਤਰੀ ਕਾਰਡ ਕਦੋਂ ਰਜਿਸਟਰ ਹੋਇਆ ਸੀ। ਫਿਰ ਇੱਥੇ ਤੁਹਾਨੂੰ ਨੋਮਨੀ ਦੀ ਜਾਂ ਲੀਗਲ ਹੇਅਰ ਜਾਂ ਡਿਪੈਂਡਡ ਦੀ ਡਿਟੇਲ ਭਰਨੀ ਪਵੇਗੀ। ਇੱਥੇ ਤੁਸੀਂ ਨੋਮਨੀ ਦਾ ਨਾਂ ਭਰਨਾ ਵਾ ਜਿਹੜਾ ਲਾਭਪਾਤਰੀ ਕਾਰਡ ਵੇਲੇ ਭਰਿਆ ਸੀ। ਜੇ ਉਹ ਨੋਮਨੀ ਨਹੀਂ ਹੈਗਾ ਤਾਂ ਫਿਰ ਇੱਥੇ ਲਾਭਪਾਤਰੀ ਜਿਸ ਦੀ ਮੌਤ ਹੋਈ ਆ ਉਸਦੇ ਮਾਪੇ ਭਰ ਸਕਦੇ ਆ, ਜੇ ਉਸਦੇ ਮਾਪੇ ਉਸਦੇ ਡਿਪੈਂਡਡ ਹੋਣ, ਮਤਲਬ ਕਿ ਉਹਨਾਂ ਦੀ ਦੇਖ ਰੇਖ ਲਾਭਪਾਤਰੀ ਕਰਦਾ ਹੋਵੇ, ਉਹ ਵੀ 2 ਲੱਖ ਦੇ ਲਈ ਅਪਲਾਈ ਕਰ ਸਕਦੇ ਹਨ, ਉਹਨਾਂ ਦਾ ਨਾਮ ਆ ਜਾਏਗਾ। ਜਾਂ ਜੇ ਲਾਭਪਾਤਰੀ ਦਾ ਬੇਟਾ ਨਾਬਾਲਗ ਆ ਤਾਂ ਉਹ ਵੀ ਇਸ ਸਕੀਮ ਦਾ ਲਾਭ ਲੈ ਸਕਦਾ ਵਾ, ਉਹਦਾ ਨਾਮ ਆ ਜਾਏਗਾ। ਜਾਂ ਅਣਵਿਆਹੀ ਕੁੜੀ ਆ ਉਹ ਇਸ ਥਾਂ ਤੇ ਲਿਖ ਸਕਦੀ ਆ। ਜੇ ਨੋਮਨੀ ਭਰਨਾ ਵਾ ਨੋਮਨੀ ਭਰ ਸਕਦੇ, ਜੇ ਨੋਮਨੀ
ਤੁਸੀਂ ਨਹੀਂ ਭਰਨਾ ਫਿਰ ਥੱਲੇ ਤੁਸੀਂ ਭਰ ਸਕਦੇ ਜੀ। ਫਿਰ ਇੱਥੇ ਤੁਹਾਡਾ ਪਤਾ ਆਵੇਗਾ, ਇੱਥੇ ਪਿੰਡ ਡਾਕਖਾਨਾ ਤਹਿਸੀਲ ਜ਼ਿਲ੍ਹਾ ਭਰ ਦੇਣਾ ਵਾ। ਫਿਰ ਇੱਥੇ ਪੁੱਛਿਆ ਗਿਆ ਵਾ ਵੀ ਤੁਹਾਡੇ ਲਾਭਪਾਤਰੀ ਦੇ ਵਿੱਚ ਕੀ ਯੋਗਦਾਨ ਵਾ ਕਾਰਡ ਦੇ ਵਿੱਚ, ਮਤਲਬ ਕਿ ਤੁਸੀਂ ਅੰਸ਼ ਦਾਨ ਦੀ ਰਾਸ਼ੀ ਕਿੰਨੀ ਜਮ੍ਹਾਂ ਕਰਾਈ ਸੀ, ਕਿੰਨੀ ਤਰੀਕ ਤੱਕ ਦਾ ਤੁਹਾਡਾ ਲਾਭਪਾਤਰੀ ਕਾਰਡ ਹੈਗਾ ਵਾ। ਉਹ ਮਹੀਨੇ ਦੀ ਵੀ ਹੁੰਦੀ ਆ, ਸਾਲ ਦੀ ਵੀ ਹੁੰਦੀ ਆ, ਤਿੰਨਾਂ ਸਾਲਾਂ ਦੀ ਵੀ ਹੁੰਦੀ ਆ ਤੇ ਪੰਜਾਂ ਸਾਲਾਂ ਦੀ ਵੀ ਹੁੰਦੀ ਆ। ਜੋ ਵੀ ਲਾਭਪਾਤਰੀ ਦੇ ਵਿੱਚ ਲਿਖੀ ਆ ਉਹ ਤੁਸੀਂ ਇੱਥੇ ਯੋਗਦਾਨ ਭਰ ਦੇਣਾ ਵਾ, ਰਾਸ਼ੀ ਭਰ ਦੇਣੀ ਆ ਤੇ ਤਰੀਕ ਵੀ ਭਰ ਦੇਣੀ ਆ। ਫਿਰ ਇੱਥੇ ਮੋਬਾਈਲ ਨੰਬਰ ਆਵੇਗਾ। ਫਿਰ ਇੱਥੇ ਕੰਮ ਦੀ ਕਿਸਮ ਆਵੇਗੀ। ਕੰਮ ਦੀ ਕਿਸਮ ਦੇ ਵਿੱਚ ਜਿਹੜਾ ਵੀ ਲਾਭਪਾਤਰੀ ਕੰਮ ਕਰਦਾ ਸੀ ਉਹ ਇੱਥੇ ਭਰ ਦੇਣਾ ਵਾ, ਇਹ ਲਾਭਪਾਤਰੀ ਦੇ ਕਾਰਡ ਦੇ ਉੱਤੇ ਹੀ ਲਿਖਿਆ ਹੋਊਗਾ। ਫਿਰ ਇੱਥੇ ਦੱਸਣਾ ਵਾ ਵੀ ਲਾਭਪਾਤਰੀ ਦੀ ਮੌਤ ਕੁਦਰਤੀ ਹੋਈ ਆ ਜਾਂ ਐਕਸੀਡੈਂਟ ਨਾਲ ਹੋਈ ਆ ਜਾਂ ਮਤਲਬ ਕਿ ਉਹ ਅਪੰਗ ਹੋ ਗਿਆ ਵਾ, ਜੋ ਵੀ ਹੋ ਗਿਆ ਵਾ ਉਹਦੇ ਉੱਤੇ ਸਹੀ ਮਾਰ ਦੇਣੀ ਆ। ਫਿਰ ਇੱਥੇ ਮੌਤ ਦੀ ਤਰੀਕ ਲਿਖ ਦੇਣੀ ਆ ਵੀ ਉਹਨਾਂ ਦੀ ਡੈਥ ਕਦੋਂ ਹੋਈ ਸੀ। ਫਿਰ ਇੱਥੇ ਜੇ ਐਕਸੀਡੈਂਟ ਹੋਇਆ ਵਾ ਤਾਂ ਇੱਥੇ ਐਕਸੀਡੈਂਟ ਦਾ ਸਥਾਨ ਦੱਸ ਦੇਣਾ ਵਾ, ਜਿੱਥੇ ਵੀ ਐਕਸੀਡੈਂਟ ਹੋਇਆ ਵਾ ਉਹ ਜਗ੍ਹਾ ਦਾ ਨਾਂ ਦੱਸ ਦੇਣਾ ਵਾ। ਫਿਰ ਅੱਗੇ ਬੈਂਕ ਦੀ ਜਾਣਕਾਰੀ, ਬੈਂਕ ਦੀ ਜਾਣਕਾਰੀ ਦੇ ਵਿੱਚ ਸੀਰੀਅਲ ਨੰਬਰ ਇਹ ਬੈਂਕ ਦੀ ਕਾਪੀ ਦੇ ਉੱਤੇ ਹੀ ਲਿਖਿਆ ਹੋਊਗਾ, ਜੇ ਨਹੀਂ ਮਿਲਦਾ ਤੁਹਾਨੂੰ ਤੁਸੀਂ ਇਸ ਨੂੰ ਛੱਡ ਵੀ ਸਕਦੇ ਜੇ। ਫਿਰ ਇੱਥੇ ਬੈਂਕ ਦਾ ਨਾਮ ਆਵੇਗਾ ਤੇ ਬ੍ਰਾਂਚ ਦਾ ਨਾਮ ਆਵੇਗਾ। ਫਿਰ ਇੱਥੇ ਖਾਤਾ ਨੰਬਰ ਆਵੇਗਾ। ਫਿਰ ਇੱਥੇ IFSC ਕੋਡ ਆਵੇਗਾ। ਫਿਰ ਇੱਥੇ ਤੁਹਾਡੇ ਸਾਈਨ ਹੋਣਗੇ। ਫਿਰ ਆ ਫਾਰਮ ਨੰਬਰ ਦੂਜਾ ਵਾ, ਇਸ ਨੂੰ ਆ ਪੰਜਾਬੀ ਦੇ ਵਿੱਚ ਪੜ੍ਹ ਲਿਓ ਤੇ ਇੱਥੇ ਸਾਈਨ ਕਰ ਦਿਓ। ਫਿਰ ਫਾਰਮ ਨੰਬਰ ਤੀਜਾ ਵਾ, ਇਹ ਫੀਡਬੈਕ ਫਾਰਮ ਆ, ਇਸ ਨੂੰ ਤੁਸੀਂ ਛੱਡ ਸਕਦੇ ਜੀ। ਹੁਣ ਗੱਲ ਕਰ ਲੈਂਦੇ ਹਾਂ ਇਸ ਦੇ ਵਿੱਚ ਦਸਤਾਵੇਜ਼ ਕੀ ਲੱਗਣਗੇ। ਇਸ ਦੇ ਵਿੱਚ ਨੋਮੀਨੇਸ਼ਨ ਫਾਰਮ ਨੰਬਰ 39 ਲੱਗੇਗਾ, ਜ਼ਰੂਰੀ ਆ। ਤੇ ਇੱਕ ਜੇ ਤੇ ਲਾਭਪਾਤਰੀ ਦਾ ਬੇਟਾ ਵਾ ਜਾਂ ਲੜਕੀ ਆ ਉਹਦਾ ਸਰਟੀਫਿਕੇਟ ਲੱਗੇਗਾ ਜਾਂ ਉਹਦੇ ਮਾਪੇ ਉਹਦੇ ਤੇ ਡਿਪੈਂਡ ਆ ਉਹਦਾ ਸਰਟੀਫਿਕੇਟ ਲੱਗੇਗਾ, ਇਹ ਵੀ ਜ਼ਰੂਰੀ ਆ ਜੇ ਉਹਨਾਂ ਨੇ ਲੈਣਾ ਵਾ। ਤੇ ਫਿਰ ਇੱਥੇ ਮੌਤ ਦਾ ਸਰਟੀਫਿਕੇਟ ਲੱਗੇਗਾ। ਫਿਰ ਇੱਕ ਬੈਂਕ ਦੀ ਕਾਪੀ ਦੀ ਫੋਟੋ ਕਾਪੀ ਲੱਗੇਗੀ ਤੇ ਇੱਕ ਜਿੰਨੇ ਵੀ ਇਹ ਲਾਭ ਲੈਣਾ ਵਾ ਉਸਦਾ ਆਧਾਰ ਕਾਰਡ ਲੱਗੇਗਾ। ਫਿਰ ਨਾਲ ਇਸਦੇ ਉਹ ਦਸਤਾਵੇਜ਼ ਲੱਗਣਗੇ ਜਿਹੜੇ ਮੈਂ ਤੁਹਾਨੂੰ ਪਹਿਲਾਂ ਦੱਸੇ, ਜਿਵੇਂ ਪੋਸਟਮਾਰਟਮ ਦੀ ਰਿਪੋਰਟ, ਜੇ ਤੁਸੀਂ ਅਪੰਗ ਹੋ ਗਏ ਹੋ ਤਾਂ ਤੁਹਾਨੂੰ ਸਿਵਲ ਸਰਜਨ ਵੱਲੋਂ ਜਿਹੜਾ ਸਰਟੀਫਿਕੇਟ ਮਿਲੇਗਾ ਉਹ ਵੀ ਇੱਥੇ ਨਾਲ ਲਾਉਣਾ ਵਾ। ਲੀਗਲ ਹੇਅਰ ਔਰ ਡਿਪੈਂਡੈਂਟ ਸਰਟੀਫਿਕੇਟ ਇਹ ਤੁਹਾਨੂੰ ਸੇਵਾ ਕੇਂਦਰ ਦੇ ਵਿੱਚ ਉਹ ਮਿਲ ਜਾਵੇਗਾ, ਉੱਥੋਂ ਜਾ ਕੇ ਤੁਸੀਂ ਇਸ ਨੂੰ ਪ੍ਰਾਪਤ ਕਰ ਸਕਦੇ ਜੀ। ਆਓ ਤੁਹਾਨੂੰ ਦੱਸ ਦਿੰਦੇ ਆ ਨੋਮਨੀ ਫਾਰਮ ਨੰਬਰ 39 ਕਿੱਥੋਂ ਪ੍ਰਾਪਤ ਕਰਨਾ ਵਾ। ਨੋਮਨੀ ਫਾਰਮ ਇਸ ਫਾਰਮ ਤੋਂ ਤੁਸੀਂ ਲੈ ਸਕਦੇ ਜੇ, ਇਸ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗਾ। ਇਸ ਦੇ ਵਿੱਚ ਤੁਸੀਂ 5 ਨੰਬਰ ਪੇਜ ਨੂੰ ਪ੍ਰਿੰਟ ਕਢਾ ਲੈਣਾ ਵਾ। ਇਸ ਦੇ ਵਿੱਚ ਆਹ ਦੇਖੋ ਨੋਮਨੀ ਫਾਰਮ ਆ ਰਿਹਾ, ਫਾਰਮ ਨੰਬਰ 39 ਉੱਤੇ ਲਿਖਿਆ ਵਾ। ਇਸ ਦੇ ਵਿੱਚ ਨੋਮਨੀ ਦਾ ਨਾਮ ਆਵੇਗਾ, ਉਸਦਾ ਰਿਸ਼ਤਾ ਆਵੇਗਾ ਵੀ ਲਾਭਪਾਤਰੀ ਨਾਲ ਕੀ ਰਿਸ਼ਤਾ ਸੀ। ਫਿਰ ਇੱਥੇ ਨੋਮਨੀ ਦੀ ਉਮਰ ਆ ਜਾਏਗੀ। ਫਿਰ ਇੱਥੇ ਦੱਸਣਾ ਵਾ ਵੀ ਉਹ ਕਿੰਨੇ ਪਰਸੈਂਟ ਦਾ ਹੱਕਦਾਰ ਆ। ਜੇ ਤਾਂ 100% ਹੀ ਲੈਣਾ ਤਾਂ ਫਿਰ 100% ਲਿਖ ਸਕਦੇ ਜੇ, ਜੇ ਦੋ ਨੋਮਨੀ ਬਣਾਉਣੇ ਆ ਤਾਂ 50-50% ਵੀ ਲਿਖ ਸਕਦੇ ਜੇ। ਇੱਥੇ ਦੂਜਾ ਨੋਮਨੀ ਵੀ ਤੁਸੀਂ ਲਿਖ ਸਕਦੇ ਜੇ ਥੱਲੇ ਡੱਬਾ ਬਣਾ ਕੇ, ਤੇ ਜੇ ਇੱਕ ਨੇ ਹੀ ਲੈਣਾ ਫਿਰ 100% ਤੁਸੀਂ ਲਿਖ ਸਕਦੇ ਜੇ। ਫਿਰ ਇੱਥੇ ਸਥਾਨ ਆ ਜਾਏਗਾ, ਫਿਰ ਇੱਥੇ ਤਰੀਕ ਆ ਜਾਏਗੀ, ਫਿਰ ਇੱਥੇ ਨੋਮਨੀ ਦੇ ਸਾਈਨ ਹੋਣਗੇ ਤੇ ਉਸਦਾ ਨਾਮ ਆ ਜਾਏਗਾ ਤੇ ਪਤਾ ਆ ਜਾਏਗਾ। ਸੋ ਇਸ ਤਰ੍ਹਾਂ ਤੁਸੀਂ ਨੋਮਨੀ ਫਾਰਮ ਭਰ ਸਕਦੇ ਜੀ। ਇਸ ਤੋਂ ਬਾਅਦ ਜਦੋਂ ਤੁਸੀਂ ਸਾਰਾ ਫਾਰਮ ਭਰ ਲੋਗੇ, ਉਸ ਦੇ ਨਾਲ ਦਸਤਾਵੇਜ਼ ਲਾ ਦੋਗੇ, ਤਾਂ ਉਸ ਤੋਂ ਬਾਅਦ ਤੁਸੀਂ ਇਸ ਨੂੰ ਆਪਣੇ ਨਜ਼ਦੀਕੀ ਦੇ ਸੇਵਾ ਕੇਂਦਰ ਲੈ ਜਾਣਾ ਵਾ ਤੇ ਉੱਥੇ ਜਾ ਕੇ ਇਸ ਨੂੰ ਜਮ੍ਹਾਂ ਕਰਾ ਦੇਣਾ ਵਾ। ਉੱਥੇ ਤੁਹਾਡੀ ਫੋਟੋ ਹੋਵੇਗੀ, ਤੁਹਾਡੇ ਕੋਲ ਥੋੜੀ ਜਿਹੀ ਫੀਸ ਲਈ ਜਾਵੇਗੀ ਤੇ ਤੁਹਾਡੀ ਫਾਈਲ ਜਮ੍ਹਾਂ ਕਰ ਦਿੱਤੀ ਜਾਊਗੀ ਤੇ ਤੁਸੀਂ ਉੱਥੋਂ ਪੁੱਛ ਲੈਣਾ ਵਾ ਵੀ ਇਹ ਸਕੀਮ ਕਿੰਨੇ ਚਿਰ ਤੱਕ ਲਾਗੂ ਹੋ ਜਾਏਗੀ। ਉਹ ਤੁਹਾਨੂੰ ਸਮਾਂ ਦੱਸ ਦੇਣਗੇ, ਉਸ ਸਮੇਂ ਤੇ ਜਾ ਕੇ ਪਤਾ ਕਰ ਲੈਣਾ ਵਾ ਕਿ ਸਾਡੀ ਇਹ ਸਕੀਮ ਪਾਸ ਹੋ ਗਈ ਆ ਜਾਂ ਨਹੀਂ ਹੋਈ। ਜੇ ਪਾਸ ਹੋ ਗਈ ਆ ਤਾਂ ਉਹ ਤੁਹਾਨੂੰ ਦੱਸ ਦੇਣਗੇ, ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਆ, ਤੁਹਾਡੇ ਬੈਂਕ ਖਾਤੇ ਦੇ ਵਿੱਚ ਤੁਹਾਡੀ ਰਕਮ ਆ ਜਾਏਗੀ। ਜੇ ਨਹੀਂ ਪਾਸ ਹੋਈ ਤਾਂ ਉਹ ਤੁਹਾਨੂੰ ਉਸ ਦਾ ਕਾਰਨ ਵੀ ਦੱਸ ਦੇਣਗੇ, ਤਾਂ ਉਸ ਨੂੰ ਸਹੀ ਕਰਕੇ ਤੁਸੀਂ ਦੁਬਾਰਾ ਵੀ ਭਰ ਸਕਦੇ ਜੀ। ਸੋ ਇਸ ਤਰ੍ਹਾਂ ਤੁਸੀਂ ਐਕਸ ਗ੍ਰੇਸੀਆ ਸਕੀਮ ਦਾ ਲਾਭ ਲੈ ਸਕਦੇ ਜੀ। ਧੰਨਵਾਦ।